ਬਲਿਹਾਰੀ ਕੁਦਰਤ ਵਸਿਆ ਦੇ ਕਥਨ ਦੇ ਅਨੁਸਾਰ ਗੁਰਬਾਣੀ ਦੇ ਵਿੱਚ ਵੀ ਕੁਦਰਤ ਨੂੰ, ਰੁੱਖਾਂ ਨੂੰ, ਜੀਵ ਜੰਤੂਆਂ ਨੂੰ ਜਿਹੜਾ ਉਹਦੇ ਵਿੱਚ ਹੀ ਜਿਹੜਾ ਪਰਮਾਤਮਾ ਵਾ ਉਹ ਵਸਿਆ ਹੋਇਆ ਦੱਸਿਆ ਗਿਆ। ਅਤੇ ਇਸ ਨੂੰ ਲੈ ਕੇ ਹੀ ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਚੱਕ ਮਰਹਾਣਾ, ਜਿਹੜਾ ਕਿ ਮੇਰਾ ਵੀ ਪਿੰਡ ਆ, ਉੱਥੋਂ ਦੇ ਨੌਜਵਾਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ। ਨੌਜਵਾਨਾਂ ਨੇ ਪਿੰਡ ਦੇ ਵਿੱਚ ਜੋ ਰੁੱਖ ਲਗਾਏ, ਹੋਰ ਵੀ ਕਾਫੀ ਸਾਫ਼ ਸਫਾਈ ਦੇ ਕੰਮ ਕੀਤੇ, ਕੀ ਕੁਛ ਕੀਤਾ ਆਪਾਂ ਸਾਰਾ ਕੁਛ ਇਹਨਾਂ ਨੌਜਵਾਨਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ। ਹਾਂਜੀ, ਤੁਸੀਂ ਹੁਣ ਤੱਕ ਪਿੰਡ ਦੇ ਵਿੱਚ ਜਿਹੜੇ ਆ ਕੀ ਕੰਮ ਕੀਤਾ, ਕਿੰਨੇ ਕੁ ਬੂਟੇ ਲਗਾ ਚੁੱਕੇ ਹੋ? ਅਸੀਂ ਵੀਰ ਜੀ ਜੋ ਕਿ ਪਿੰਡ ਚੱਕ ਮਰਾਣਾ ਦੇ ਵਿੱਚ ਤਕਰੀਬਨ 500 ਬੂਟਾ ਲਗਾ ਚੁੱਕੇ, ਜੋ ਕਿ ਬਾਬਾ ਸੀਚੇਵਾਲਾ ਜੀ ਦੇ ਕੋਲੋਂ ਬੂਟੇ ਲੈ ਕੇ ਆਏ ਸੀ, ਜੋ ਕਿ ਜੂਥ ਚੱਕ ਮਰਾਣਾ ਦੇ ਸਾਰੇ ਯੂਥ ਨੇ ਇਕੱਠੀ ਹੋ ਕੇ ਮੀਟਿੰਗ ਕੀਤੀ, ਜੋ ਕਿ ਆਪਾਂ ਪਿੰਡ ਦੇ ਵਿੱਚ ਦਰਖਤ ਲਗਾਈਏ। ਅਤੇ ਸਾਰੇ ਹੀ ਪਿੰਡ ਦੇ ਸਹਿਯੋਗ ਦੇ ਨਾਲ, ਸਾਰੇ ਹੀ ਯੂਥ ਕਲੱਬ ਨੇ ਪਿੰਡ ਦੇ ਸਹਿਯੋਗ ਦੇ ਨਾਲ 500 ਬੂਟਾ ਜੋ ਕਿ ਅੱਜ ਤੱਕ ਅਸੀਂ ਪਿੰਡ ਦੇ ਵਿੱਚ ਲਵਾ ਚੁੱਕੇ ਹਾਂ ਜੀ। ਅਤੇ ਬੂਟੇ ਇਕੱਲੇ ਲਾਏ ਕਿ ਵੀ ਉਸ ਤੋਂ ਬਾਅਦ ਬੂਟਿਆਂ ਨਾਲ ਤੁਸੀਂ ਕੋਈ ਦੇਖਭਾਲ ਵੀ ਕਰਦੇ ਹੋ ਨਾਲ? ਜੀ, ਇਸ ਬੂਟੇ ਤਾਂ ਹਰ ਇੱਕ ਹੀ ਲਾ ਦਿੰਦਾ ਵਾ, ਪਰ ਅਸੀਂ ਨਾਲ ਹੀ ਬੂਟੇ ਦੇ ਟਾਈਮ ਟਾਈਮ ਦੇ ਸਿਰ ਖਾਦ, ਦਵਾਈ, ਜਿਹੜੀ ਵੀ ਚੀਜ਼ ਦੀ ਗੋਡੀ, ਉਸਦੀ ਸਾਫ਼ ਸਫਾਈ, ਪਾਣੀ ਸਮੇਂ ਸਮੇਂ 'ਤੇ, ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਬੂਟੇ ਨੂੰ ਦੇਖ ਕੇ, ਉਹਨੂੰ ਸਮੇਂ ਸਮੇਂ 'ਤੇ ਕਟਾਈ ਵੀ ਕੀਤੀ ਜਾਂਦੀ ਹੈ ਜੀ। ਦੇਖਭਾਲ ਪੂਰੀ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੈ ਜੀ। ਅਤੇ ਤੁਹਾਡੀ ਜਿਹੜੀ ਅੱਜ ਤੁਸੀਂ ਜਿਹੜਾ ਸਾਰਾ ਕੰਮ ਕੀਤਾ, ਇਹਦੇ ਵਿੱਚ ਤੁਹਾਡੀ ਕਿਸੇ ਰਾਜਨੀਤਿਕ ਪਾਰਟੀ ਨੇ ਜਾਂ ਕਿ ਪਿੰਡ ਦੇ ਕਿਸੇ ਸਰਪੰਚ ਨੇ ਕੋਈ ਮਦਦ ਕੀਤੀ? ਨਹੀਂ ਜੀ, ਇਸ ਚੀਜ਼ 'ਚ ਕਿਸੇ ਨੇ ਵੀ ਇਹਨਾਂ ਦੀ ਮਦਦ ਨਹੀਂ ਮੇਰੇ ਨੌਜਵਾਨ ਵੀਰਾਂ ਦੀ ਕੀਤੀ। ਇਹਨਾਂ ਨੇ ਆਪ ਹੀ ਉਪਰਾਲਾ ਕੀਤਾ ਅਤੇ ਬਾਕੀ ਪਿੰਡ ਤੋਂ ਸਹਿਯੋਗ ਇਹਨਾਂ ਘਰ ਘਰ ਜਾ ਕੇ ਲਿਆ ਅਤੇ ਸਾਰਿਆਂ ਨੇ ਸਹਿਯੋਗ ਜਿੰਨਾ ਵੀ ਸਰਦਾ ਬਣਦਾ ਦਿੱਤਾ। ਅਤੇ ਜਾਣੀ ਕਿ ਹੋਰ ਕਿਸੇ ਪੱਖੋਂ ਇਹਨਾਂ ਦੀ, ਨਾ ਰਾਜਨੀਤਿਕ ਪੱਖੋਂ, ਨਾ ਪੰਚਾਇਤ ਪੱਖੋਂ, ਕਿਸੇ ਪੱਖੋਂ ਨਹੀਂ ਮਦਦ ਹੋਈ। ਬਾਕੀ ਚਲੋ ਇਹਨਾਂ ਨਾਲ ਵੇਖ ਕੇ ਇੱਥੇ ਆਪਣੇ ਪਿੰਡ ਗੁਰਦੁਆਰਾ ਸਾਹਿਬ ਆ ਅਤੇ ਬਾਬਾ ਜੀ ਨੇ ਵੀ ਬਹੁਤ ਵਧੀਆ ਉਪਰਾਲਾ ਕੀਤਾ, ਨਹਿਰ 'ਤੇ ਪੱਥਰ ਲਵਾਇਆ, ਹੋਰ ਵੀ ਪਿੰਡ ਨੂੰ ਸੋਹਣਾ ਬਣਾਉਣ ਵਿੱਚ ਯੋਗਦਾਨ ਪਾਇਆ, ਗਾਂ ਵੀ ਪਾਉਂਦੇ ਰਹਿਣਗੇ। ਬਾਕੀ ਇਹ ਨੌਜਵਾਨ ਵੀਰਾਂ ਦਾ ਸਭ ਤੋਂ ਜ਼ਿਆਦਾ ਸਾਥ ਆ, ਇਹ ਬਹੁਤ ਵਧੀਆ ਉਪਰਾਲਾ ਕਰ ਰਹੇ। ਇਸੇ ਤਰ੍ਹਾਂ ਹੀ ਅਸੀਂ ਕਹਿੰਦੇ ਗਾਂ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਹੋਰ ਵੀ ਵਧੀਆ ਕੰਮ ਕਰਨ। ਹੁਣ ਤੁਸੀਂ ਇਸ ਤੋਂ ਅੱਗੇ ਵੀ ਕੋਈ ਕੰਮ ਕਰਨਾ ਜਾ ਰਹੇ ਹੋ ਪਿੰਡ ਦੇ ਵਿੱਚ ਕੋਈ? ਹਾਂਜੀ ਜੀ, ਅੱਗੇ ਅਸੀਂ ਪਿੰਡ ਵਿੱਚ ਕੁਰਸੀਆਂ ਲਾਉਣ ਜਾ ਰਹੇ ਹਾਂ। ਇਹਦੇ ਵਿੱਚ ਸਾਨੂੰ ਕੋਈ ਵੀ ਪੰਚਾਇਤੀ ਸਹਾਇਤਾ ਨਹੀਂ ਹੋ ਰਹੀ, ਅਸੀਂ ਪਿੰਡ ਦੇ ਸਹਿਯੋਗ ਨਾਲ ਅਤੇ ਕੁਝ ਬਾਹਰਲੇ ਵੀਰ ਉਹਨਾਂ ਦੇ ਸਹਿਯੋਗ ਨਾਲ ਕੁਰਸੀਆਂ ਲਾਉਣ ਲੱਗੇ। ਨੌਜਵਾਨੋ, ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕੰਮ ਕੀਤਾ। ਅਸਲ ਦੇ ਵਿੱਚ ਇਹ ਕੰਮ ਪਿੰਡ ਦੀਆਂ ਪੰਚਾਇਤਾਂ ਦਾ ਜਾਂ ਰਾਜਨੀਤਿਕ ਲੋਕਾਂ ਦਾ ਹੁੰਦਾ ਜਿਹੜਾ ਤੁਸੀਂ ਕਰ ਰਹੇ ਹੋ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤੀ ਇਲੈਕਸ਼ਨ ਆਉਣ ਵਾਲਾ, ਅਤੇ ਤੁਸੀਂ ਕਿਹੋ ਜਿਹਾ ਪੰਚਾਇਤ ਦੇ ਆਪਣਾ ਪੰਚਾਇਤ ਦੇ ਵਿੱਚ ਜਿਹੜਾ ਆਪਣਾ ਸਰਪੰਚ ਦੇਖਣਾ ਚਾਹੁੰਦੇ ਹੋ ਜਾਂ ਮੋਹਰੀ ਬੰਦੇ ਦੇਖਣਾ ਚਾਹੁੰਦੇ ਹੋ, ਤੁਸੀਂ ਸਾਡੇ ਮੀਡੀਆ ਰਾਹੀਂ ਇਹ ਸੁਨੇਹਾ ਦੇ ਸਕਦੇ ਹੋ ਲੋਕਾਂ ਨੂੰ, ਤੁਸੀਂ ਕਿਹੋ ਜਿਹਾ ਸਰਪੰਚ ਦੇਖਣਾ ਚਾਹੁੰਦੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਹੁਣ ਜੋ ਪਿੰਡ ਦਾ ਸਰਪੰਚ ਚੁਣਾਂਗੇ, ਸਾਰੇ ਜੋ ਮੁੰਡੇ ਉਹਨਾਂ ਦੀ ਮਦਦ ਨਾਲ ਜੋ ਪਿੰਡ ਦਾ ਸੂਝਵਾਨ ਹੋਵੇ, ਪੜ੍ਹਿਆ ਲਿਖਿਆ ਸਰਪੰਚ ਚਾਹਵਾਂਗੇ, ਜੋ ਚਾਹੇ ਸਾਡੇ ਨਿੱਜੀ ਕੰਮ ਰਹਿ ਵੀ ਜਾਣ ਪਰ ਪਿੰਡ ਦਾ ਕੰਮ ਪਹਿਲ ਦੇ ਆਧਾਰ 'ਤੇ ਕਰੇ। ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ, ਕੋਈ ਵੀ ਕੰਮ ਹੋਊਗਾ ਉਹਦੇ ਨਾਲ ਚੱਲਾਂਗੇ ਅਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਕੋਈ ਵੀਰ ਕੋਈ ਸੁਝਾਅ ਦੇਣਾ ਚਾਹੁੰਦਾ ਆਪਣਾ ਜੀ? ਹਾਂਜੀ ਵੀਰ ਜੀ, ਮੈਂ ਇੱਕੋ ਸੁਝਾਅ ਦੇਣਾ ਚਾਹੁੰਦਾ, ਜਿੱਦਾਂ ਆਪਾਂ ਘਰ ਦੀ ਸਫਾਈ ਜ਼ਰੂਰੀ ਆ, ਉਸੇ ਤਰ੍ਹਾਂ ਪਿੰਡ ਦੀ ਸਫਾਈ ਬਹੁਤ ਜ਼ਰੂਰੀ ਹੈ ਜੀ, ਪਿੰਡ ਨੂੰ ਸੋਹਣਾ ਬਣਾਉਣਾ ਚਾਹੀਦਾ ਜੀ। ਬਹੁਤ ਵਧੀਆ ਜੀ ਵੀਰ ਜੀ, ਬਹੁਤ ਤੁਸੀਂ ਦੇਖਿਆ ਨੌਜਵਾਨਾਂ ਦੀ ਜਿਹੜੀ ਸੋਚ ਆ ਬਹੁਤ ਵਧੀਆ। ਅਸੀਂ ਵੀ ਬੇਨਤੀ ਕਰਦੇ ਆਪਣੇ ਮੀਡੀਆ ਰਾਹੀਂ, ਜਿਹੜਾ ਜਿਹੜਾ ਵੀ ਇਹ ਵੀਡੀਓ ਨੂੰ ਦੇਖ ਰਿਹਾ ਸੁਣ ਰਿਹਾ, ਕਿ ਸਾਰਿਆਂ ਨੂੰ ਹੀ ਇਹ ਪਹਿਲਕਦਮੀ ਕਰਨੀ ਚਾਹੀਦੀ ਹੈ ਆਪਣੇ ਪਿੰਡ ਦੀ ਸਫਾਈ। ਬੇਸ਼ੱਕ ਆਪਾਂ ਨੂੰ ਸਰਕਾਰਾਂ ਨੂੰ ਨਿੰਦਣ ਦੀ ਬਜਾਏ ਜਾਂ ਹੋਰ ਕਿਸੇ ਨੂੰ ਕਰਨ ਦੀ ਬਜਾਏ ਆਪਾਂ ਨੂੰ ਆਪ ਹੀ ਜਿਹੜਾ ਇਹ ਕੰਮ ਕਰ ਲੈਣੇ ਚਾਹੀਦੇ ਨੇ। ਕਹਿੰਦੇ ਨੇ ਕਿ ਹਨੇਰੇ ਨੂੰ ਨਿੰਦਣ ਦੇ ਨਾਲੋਂ ਇੱਕ ਦੀਵਾ ਹੀ ਜਗਾ ਦਈਏ ਅਤੇ ਉਹ ਵੀ ਬਹੁਤ ਹੁੰਦਾ। ਆਪਾਂ ਸਾਰਿਆਂ ਨੂੰ ਮਿਲ ਕੇ ਇਹ ਜਿਹੜਾ ਉਪਰਾਲਾ ਵਾ ਇਹ ਕਰਨਾ ਚਾਹੀਦਾ। ਦੋਸਤੋ, ਮਿਲਦੇ ਹਾਂ ਤਾਜ਼ਾ ਜਾਣਕਾਰੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।